ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਨਾਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾਹੀ ਬਿਸਰਿਆ। ਕਿਆ ਹਮ ਕਥੈ ਕਿਛ ਕਥ ਨਹੀਂ ਜਾਣੈ ਪ੍ਰਭ ਭਾਵੈ ਤਿਵੈ ਬੁਲਾਨ। ਸਾਧ ਸੰਗਤ ਕੀ ਧੂਰ ਇੱਕ ਮਾਗੋ ਜਨ ਨਾਨਕ ਪਿਓ ਸਰਾਨ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਇੱਕ ਸਵਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ। ਪਰਮ ਸਤਿਕਾਰਯੋਗ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੀ ਮਾਨ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਪਿਛਲੇ ਕਾਫੀ ਦਿਨਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਸੋ ਉਸ ਦੇ ਤਹਿਤ ਅੱਜ ਅੱਠਵੇਂ ਸਲੋਕ ਦੀ ਵਾਰੀ ਹੈ ਜੀ। ਆਪ ਜੀ ਬਖਸ਼ੋ ਅਸੀਸ ਤਾਂ ਕਿ ਕੁਝ ਕਹਿਣ ਦਾ ਹਿੱਲਾ ਕਰ ਸਕਾਂ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪਾਵਨ ਸਲੋਕ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬ੍ਰਹਮ ਗਿਆਨੀ ਦੇ ਕੁਝ ਲੱਛਣ ਦੱਸੇ ਨੇ, ਬ੍ਰਹਮ ਗਿਆਨੀ ਦੀਆਂ ਕੁਝ ਨਿਸ਼ਾਨੀਆਂ ਦੱਸੀਆਂ ਨੇ। ਹਾਲਾਂਕਿ ਬ੍ਰਹਮ ਗਿਆਨੀ ਦੀਆਂ ਦੋ ਕੁ ਨਿਸ਼ਾਨੀਆਂ ਜਿਹੜੀਆਂ ਨੇ, ਦੋ ਕੁ ਲੱਛਣ ਜਿਹੜੇ ਨੇ ਉਹ ਸਲੋਕ ਵਿੱਚ ਦੱਸੇ ਨੇ। ਬਾਕੀ ਜਿਹੜੀਆਂ ਵਿਸਤਾਰ ਵਿੱਚ ਬ੍ਰਹਮ ਗਿਆਨੀ ਦੇ ਲੱਛਣ ਜਿਹੜੇ ਨੇ ਜਾਂ ਬ੍ਰਹਮ ਗਿਆਨੀ ਦੇ ਜੀਵਨ 'ਚ ਜੋ ਨਿਸ਼ਾਨੀਆਂ ਨੇ ਉਹ ਅਸ਼ਟਪਦੀ ਦੇ ਅੰਦਰ ਬਿਆਨ ਕੀਤੀਆਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਆਓ ਪਹਿਲਾਂ ਸਲੋਕ ਦੇ ਆਪਾਂ ਅੱਖਰੀ ਅਰਥ ਕਰ ਲੈਂਦੇ ਹਾਂ, ਫਿਰ ਵਿਚਾਰ ਨੂੰ ਅੱਗੇ ਅੱਗੇ ਤੋਰਨ ਦਾ ਨਿਮਾਣਾ ਜਾਂ ਯਤਨ ਕਰਾਂਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਭਲਿਆ ਆਹ ਤੈਨੂੰ ਦੱਸਾਂ ਕਿ ਬ੍ਰਹਮ ਗਿਆਨੀ ਦੀ ਪਹਿਚਾਣ ਕੀ ਹੈ। ਪਹਿਲਾਂ ਬ੍ਰਹਮ ਗਿਆਨੀ ਦੇ ਅਰਥ ਸਾਨੂੰ ਪਤਾ ਹੋਣੇ ਚਾਹੀਦੇ ਨੇ। ਬ੍ਰਹਮ ਗਿਆਨੀ ਕਿਸੇ ਚੋਲੇ ਦਾ ਨਾਮ ਨਹੀਂ, ਬ੍ਰਹਮ ਗਿਆਨੀ ਕਿਸੇ ਪਹਿਰਾਵੇ ਦਾ ਨਾਮ ਨਹੀਂ, ਬ੍ਰਹਮ ਗਿਆਨੀ ਕਿਸੇ ਬਾਣੇ ਦਾ ਨਾਮ ਨਹੀਂ ਜੀ। ਬ੍ਰਹਮ ਗਿਆਨੀ ਸੱਚਮੁੱਚ ਇੱਕ ਕਮਾਈ ਦਾ ਨਾਮ ਹੈ। ਬ੍ਰਹਮ ਦਾ ਅਰਥ ਹੈ ਪਰਮਾਤਮਾ ਅਤੇ ਗਿਆਨੀ ਦਾ ਅਰਥ ਹੈ ਜਾਣਨ ਵਾਲਾ। ਉਹ ਪੁਰਸ਼ ਜਿਸ ਨੇ ਪਰਮਾਤਮਾ ਨੂੰ ਜਾਣ ਲਿਆ ਉਸਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਬ੍ਰਹਮ ਗਿਆਨੀ ਦੀਆਂ ਦੋ ਨਿਸ਼ਾਨੀਆਂ ਇਸ ਸਲੋਕ ਦੇ ਅੰਦਰ ਅੱਜ ਦੱਸੀਆਂ ਨੇ। ਮਾਰੇ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ, ਸਭ ਤੋਂ ਪਹਿਲੀ ਨਿਸ਼ਾਨੀ ਬ੍ਰਹਮ ਗਿਆਨੀ ਦੀ। ਮਾਰੇ ਕਹਿੰਦੇ ਉਹਦੇ ਮਨ ਵਿੱਚ ਵੀ ਉਹ ਸੱਚਾ ਪਰਮਾਤਮਾ ਹੈ ਅਤੇ ਉਹਦੀ ਜ਼ਬਾਨ 'ਤੇ ਵੀ ਉਹ ਸੱਚ ਪਰਮਾਤਮਾ ਹੈ। ਜਾਂ ਸੌਖੇ ਸ਼ਬਦਾਂ ਵਿੱਚ ਕਹਿ ਲਈਏ, ਬ੍ਰਹਮ ਗਿਆਨੀ ਉਹ ਹੈ ਜਿਹਦੇ ਹਿਰਦੇ ਵਿੱਚ ਵੀ ਸੱਚ ਹੈ ਅਤੇ ਜਿਹਦੀ ਜ਼ਬਾਨ 'ਤੇ ਵੀ ਸੱਚ ਹੈ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਨਾ, ਮੇਰੇ ਸਤਿਗੁਰ ਕਹਿੰਦੇ ਬ੍ਰਹਮ ਗਿਆਨੀ ਦੀ ਗੱਲ ਤਾਂ ਛੱਡ, ਸੰਸਾਰ 'ਤੇ ਵੀ ਕੋਈ ਆਮ ਬੰਦਾ ਵੀ ਜਿਹੜਾ ਮਨ ਕਰਕੇ ਹੋਰ ਹੋਵੇ ਅਤੇ ਮੁੱਖ ਕਰਕੇ ਹੋਰ ਹੋਵੇ ਨਾ, ਤਾਂ ਉਹ ਸੰਸਾਰ 'ਤੇ ਪ੍ਰਵਾਨ ਨਹੀਂ ਗੁਰੂ ਕੇ ਪਿਆਰ ਵਾਲਿਓ।
ਇੱਥੇ ਤਾਂ ਸਤਿਗੁਰਾਂ ਨੇ ਬ੍ਰਹਮ ਗਿਆਨੀ ਦੀ ਗੱਲ ਕੀਤੀ ਹੈ, ਤਾਂ ਹੀ ਇਸੇ ਕਰਕੇ ਬਾਬਾ ਫਰੀਦ ਜੀ ਨੇ ਬਚਨ ਕੀਤੇ, ਕਹਿੰਦੇ ਉਹ ਸੱਚਾ ਆਸ਼ਕ ਨਹੀਂ ਗਿਣਿਆ ਜਾ ਸਕਦਾ ਜਿਹੜਾ ਮਨ ਕਰਕੇ ਹੋਰ ਹੈ ਅਤੇ ਮੁੱਖ ਕਰਕੇ ਹੋਰ ਹੈ। ਇਹ ਪਹਿਲੀ ਨਿਸ਼ਾਨੀ ਹੈ ਬ੍ਰਹਮ ਗਿਆਨੀ ਦੀ ਜੀ। ਬਾਬਾ ਫਰੀਦ ਜੀ ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਅਸਲ ਵਿੱਚ ਉਹ ਸੱਚੇ ਆਸ਼ਕ ਨੇ ਜਿਹੜੇ ਦਿਲ ਤੋਂ ਪਰਮਾਤਮਾ ਨਾਲ ਪਿਆਰ ਕਰਦੇ ਨੇ, ਕੇਵਲ ਤਾਂ ਕੇਵਲ ਦਿਖਾਵੇ ਕਰਕੇ ਨਹੀਂ, ਸਿਰਫ ਬੋਲਾਂ ਕਰਕੇ ਨਹੀਂ, ਬਚਨਾਂ ਕਰਕੇ ਨਹੀਂ। ਬਾਬਾ ਫਰੀਦ ਜੀ ਕਹਿੰਦੇ ਅਸਲ ਆਸ਼ਕ, ਅਸਲ ਰੱਬ ਦੇ ਪਿਆਰੇ ਉਹ ਨੇ ਜਿਹੜੇ ਦਿਲ ਤੋਂ ਉਸ ਪਰਮਾਤਮਾ ਨਾਲ ਪਿਆਰ ਕਰਦੇ ਨੇ। ਬਾਬਾ ਜੀ ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਪਰ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਇਹ ਕੱਚੇ ਲੋਕਾਂ ਦੀ ਨਿਸ਼ਾਨੀ ਹੈ, ਜਿਹਨਾਂ ਦੇ ਮਨ ਵਿੱਚ ਕੁਝ ਹੋਰ ਹੈ ਅਤੇ ਜ਼ਬਾਨ 'ਤੇ ਕੁਝ ਹੋਰ ਹੈ ਜੀ। ਇਹ ਬੜਾ ਨੁਕਤਾ ਸਮਝਣ ਵਾਲਾ ਜੇ ਗੁਰੂ ਕੇ ਪਿਆਰ ਵਾਲੇ ਮਰ ਕਹਿੰਦੇ ਸੱਚਮੁੱਚ ਬ੍ਰਹਮ ਗਿਆਨੀ ਨਹੀਂ ਹੋ ਸਕਦਾ ਜਿਹਦੀ ਜ਼ਬਾਨ ਦੇ ਬੋਲ ਕੁਝ ਹੋਰ ਹੋਣ ਅਤੇ ਮਨ ਵਿੱਚ ਕੁਝ ਹੋਰ ਚੱਲਦਾ ਹੋਵੇ। ਇਹ ਕੱਚੇ ਲੋਕਾਂ ਦੀ ਨਿਸ਼ਾਨੀ ਹੈ, ਇਹ ਪੂਰੇ ਪੁਰਖਾਂ ਦੀ ਨਿਸ਼ਾਨੀ ਨਹੀਂ ਗੁਰੂ ਕੇ ਪਿਆਰ ਵਾਲਿਓ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਿੱਛੇ ਆਪਾਂ ਇੱਕ ਅਸ਼ਟਪਦੀ ਵਿੱਚ ਇੱਕ ਪਦਾ ਵਿਚਾਰਿਆ ਸੀ। ਸਤਿਗੁਰ ਕਹਿੰਦੇ ਇਹੋ ਜਿਹੇ ਲੋਕ ਗੁਰੂ ਨੂੰ ਪ੍ਰਵਾਨ ਨਹੀਂ ਜਿਹੜੇ ਮਨ ਕਰਕੇ ਹੋਰ ਨਾ ਅਤੇ ਮੁੱਖ ਕਰਕੇ ਹੋਰ ਨਾ ਜੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਲਿਆ ਰਹਿਤ ਅਵਰ ਕਛ ਅਵਰ ਕਮਾਵਤ, ਕਹਿੰਦੇ ਤੇਰਾ ਜੀਵਨ ਤਾਂ ਕੁਝ ਹੋਰ ਹੈ ਲੇਕਿਨ ਦੱਸਣ ਦਾ ਕੁਝ ਹੋਰ ਯਤਨ ਤੋਂ ਕਰਨਾ ਪਿਆ। ਤੇਰੇ ਅੰਦਰ ਤਾਂ ਕੁਝ ਹੋਰ ਹੈ ਲੇਕਿਨ ਬਾਹਰੋਂ ਤੋਂ ਪ੍ਰਗਟਾਵਾ ਕੁਝ ਹੋਰ ਕਰਨਾ ਪਿਆ। ਮਨ ਨਹੀਂ ਪ੍ਰੇਤ ਮੁੱਖੋਂ ਕੰਢ ਲਾਵਤ, ਮਨ ਅੰਦਰ ਤੇਰੇ ਪਰਮਾਤਮਾ ਵਾਸਤੇ ਪਿਆਰ ਨਹੀਂ ਹੈ, ਪਰ ਜਵਾਨ ਤੋਂ ਬੋਲ ਬੋਲ ਕੇ ਤੂੰ ਦੱਸਣਾ ਕਿ ਮੈਨੂੰ ਰੱਬ ਨਾਲ ਬੜਾ ਪਿਆਰ ਹੈ। ਇਹੋ ਜਿਹਾ ਮਨੁੱਖ ਜਿਹੜਾ ਪਰਮਾਤਮਾ ਦੇ ਦਰ 'ਤੇ ਪਰਵਾਨਿਆ ਨਹੀਂ ਜਾਂਦਾ, ਕਿਉਂਕਿ ਅੱਜ ਸਤਿਗੁਰਾਂ ਨੇ ਬ੍ਰਹਮ ਗਿਆਨੀ ਦੀ ਪਹਿਲੀ ਨਿਸ਼ਾਨੀ ਦੱਸੀ ਹੈ ਕਿ ਮਨ ਸੱਚਾ ਮੁੱਖ ਸੱਚਾ ਸੋਏ। ਜਿਹਦੇ ਮਨ ਵਿੱਚ ਅਤੇ ਜਵਾਨ ਵਿੱਚ ਇੱਕੋ ਸੱਚ ਹੈ ਜੀ। ਜਿਹੜੇ ਮਨ ਕਰਕੇ ਹੋਰ ਨਾ ਜਵਾਨ ਕਰਕੇ ਹੋਰ ਨਾ, ਮਾਰੇ ਕਹਿੰਦੇ ਉਹ ਬ੍ਰਹਮ ਗਿਆਨੀ ਨਹੀਂ ਹੋ ਸਕਦੇ। ਸੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੇਤ ਮੁੱਖੋਂ ਗੰਢ ਲਾਵਤ। ਪਰ ਇੱਕ ਗੱਲ ਯਾਦ ਰੱਖੇ, ਜਾਣਨ ਹਾਰ ਪ੍ਰਭੂ ਪਰਵੀਨ, ਉਹ ਸੱਚਮੁੱਚ ਉਹ ਪਰਮਾਤਮਾ ਜਾਣਨ ਹਾਰ ਹੈ। ਤੂੰ ਜਵਾਨ ਤੂੰ ਜੋ ਕੁਝ ਮਰਜ਼ੀ ਬੋਲ ਬੋਲ ਕੇ ਦੱਸ, ਪਰ ਉਹ ਤੇਰੇ ਅੰਦਰ ਦੀਆਂ ਜਾਣਨ ਵਾਲਾ, ਬਾਹਰ ਭੇਖ ਨਾ ਕਾਹੋ ਪੀਣ, ਉਹ ਤੇਰੇ ਬਾਹਰ ਦੇ ਪਹਿਰਾਵੇ ਕਰਕੇ ਭਿੱਜਣ ਵਾਲਾ ਨਹੀਂ, ਉਹ ਬਾਹਰ ਦੇ ਤੇਰੇ ਪਹਿਰਾਵੇ ਨੂੰ ਦੇਖ ਕੇ ਖੁਸ਼ ਹੋਣ ਵਾਲਾ ਨਹੀਂ ਜੇ ਤੇਰੇ ਅੰਦਰ ਕੁਝ ਹੋਰ ਹੈ ਤੇ। ਹਾਂ, ਜੇ ਅੰਦਰ ਤੇਰੇ ਔਰ ਜਵਾਨ ਦੇ ਬੋਲ ਤੇਰੇ ਇੱਕ ਨਾ, ਤਾਂ ਫਿਰ ਸੱਚਮੁੱਚ ਗੁਰੂ ਨੂੰ ਪ੍ਰਵਾਨ ਹੋਵੇਗਾ, ਉਸ ਪਰਮਾਤਮਾ ਨੂੰ ਪ੍ਰਵਾਨ ਹੋਵੇਗਾ। ਮਾਰ ਕਹਿੰਦੇ ਤੇਰੀ ਹਾਲਤ ਤਾਂ ਇਹ ਬਣ ਗਈ ਹੈ, ਅਬਰ ਉਪਦੇਸ਼ ਆਪ ਨਾ ਕਰੇ। ਤੂੰ ਦੂਜਿਆਂ ਨੂੰ ਤਾਂ ਉਪਦੇਸ਼ ਕਰਨਾ, ਪਰ ਆਪ ਉਹ ਕੰਮ ਨਹੀਂ ਕਰਦਾ। ਕਬੀਰ ਸਾਹਿਬ ਨੇ ਵੀ ਐਸੇ ਬਚਨ ਕੀਤੇ ਜੀ, ਕਬੀਰ ਅਬਰੈ ਕੋ ਉਪਦੇਸ਼ ਦੇ, ਮੁੱਖ ਮੇਂ ਪਰ ਹੈ ਰੇਤ ਰਾਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਜਿਹੜੇ ਦੂਜਿਆਂ ਨੂੰ ਕੇਵਲ ਤਾਂ ਕੇਵਲ ਉਪਦੇਸ਼ ਕਰਦੇ ਨੇ ਲੇਕਿਨ ਸੱਚਮੁੱਚ ਆਪ ਨਹੀਂ ਕਰਦੇ। ਸੱਚਮੁੱਚ ਮੇਰੇ ਪਾਤਸ਼ਾਹ ਕਹਿੰਦੇ ਉਹ ਇਸ ਤਰ੍ਹਾਂ ਨਾ ਜਿਵੇਂ ਉਹਨਾਂ ਦੇ ਮੁੱਖ ਵਿੱਚ ਰੇਤ ਪਈ ਹੋਵੇ। ਰੇਤ ਦਾ ਜ਼ਿਕਰ ਕਿਉਂ ਕੀਤਾ ਜੀ? ਨਾ ਇੱਥੇ ਮਿੱਠੇ ਦਾ ਜ਼ਿਕਰ ਕੀਤਾ, ਨਾ ਇੱਥੇ ਕੌੜੇ ਦਾ ਜ਼ਿਕਰ ਕੀਤਾ, ਇੱਥੇ ਰੇਤ ਦਾ ਜ਼ਿਕਰ ਕੀਤਾ, ਕਿਉਂਕਿ ਰੇਤ ਇੱਕ ਬਕ ਬਕੀ ਹੈ ਜਿਹੜੀ ਖਾਧੀ ਨਹੀਂ ਜਾ ਸਕਦੀ। ਮੇਰੇ ਪਾਤਸ਼ਾਹ ਕਹਿਣ ਲੱਗੇ ਇਹਦਾ ਕੋਈ ਸਵਾਦ ਹੀ ਨਹੀਂ ਬਿਆਨ ਕਰ ਸਕਦਾ, ਇਹ ਇਹੋ ਜੀ ਰੇਤ ਦਾ ਜ਼ਿਕਰ ਕਰ ਦਿੱਤਾ। ਆਖਿਆ ਭਲਿਆ ਜਿਹੜਾ ਅੰਦਰ ਕੁਝ ਹੋਰ ਹੈ ਅਤੇ ਬਿਆਨ ਕੁਝ ਹੋਰ ਕਰਨਾ ਚਾਹੁੰਦਾ। ਮੈਂ ਜ਼ਿਆਦਾ ਡਿਟੇਲ 'ਚ ਨਾ ਜਾਵਾਂ। ਮਾਰੇ ਕਹਿੰਦੇ ਇਹੋ ਜਿਹਾ ਬੰਦਾ ਗੁਰੂ ਨੂੰ ਪ੍ਰਵਾਨ ਨਹੀਂ, ਉਸ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਨਹੀਂ। ਆ ਅੱਜ ਬ੍ਰਹਮ ਗਿਆਨੀ ਦੀਆਂ ਨਿਸ਼ਾਨੀਆਂ ਦੇਖਣ ਆਇਆ ਭਲਿਆ, ਆ ਤੈਨੂੰ ਦੱਸਾਂ ਬ੍ਰਹਮ ਗਿਆਨੀ ਕੌਣ ਹੈ। ਦੁਬਾਰਾ ਬੇਨਤੀ ਕਰਦਾ, ਦੋ ਤਿੰਨ ਵਾਰ ਬੇਨਤੀ ਕੀਤੀ, ਬ੍ਰਹਮ ਗਿਆਨੀ ਕਿਸੇ ਬਾਹਰੀ ਲਿਬਾਸ ਦਾ ਨਾਮ ਨਹੀਂ। ਇਹ ਨਹੀਂ ਕਿਸੇ ਨੇ ਕੋਈ ਵੱਡਾ ਜਿਹਾ ਚੋਲਾ ਪਾਇਆ ਹੋਏ ਅਤੇ ਉਹ ਬ੍ਰਹਮ ਗਿਆਨੀ ਬਣ ਗਿਆ। ਬ੍ਰਹਮ ਗਿਆਨੀ ਉਹ ਜਿਹਦੇ ਅੰਦਰ ਬ੍ਰਹਮ ਗਿਆਨੀਆਂ ਵਾਲੇ ਗੁਣ ਨੇ ਗੁਰੂ ਕੇ ਪਿਆਰ ਵਾਲਿਓ, ਜਿਹਦੇ ਵਿੱਚ ਰੱਬੀ ਗੁਣ ਆ ਗਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬਾਹਰ ਭੇਖ ਨਾ ਕਾਹੋ ਪੀਣ, ਅਬਰ ਉਪਦੇਸ਼ ਆਪ ਨਾ ਕਰੇ। ਆ ਸੰਸਾਰ 'ਤੇ ਝਾਤ ਮਾਰ ਕੇ ਦੇਖੋ। ਇੱਕ ਦਿਨ ਇੱਕ ਸੱਜਣ ਨੂੰ ਮੈਂ ਸੁਣਿਆ ਜੀ, ਬਾਰ ਬਾਰ ਉਹਦੀ ਜ਼ਬਾਨ ਤੋਂ ਦੋ ਬਚਨ ਸੁਣੇ ਕਿ ਭਾਈ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ ਅਤੇ ਦੂਜਾ ਬਚਨ ਕਿ ਬਾਣੀ ਅਤੇ ਬਾਣੇ ਨਾਲ ਜੁੜੋ। ਅਤੇ ਮੈਂ ਸੱਚਮੁੱਚ ਕਾਫੀ ਦਿਨਾਂ ਤੋਂ ਇਹ ਬਚਨ ਸੁਣਦਾ ਪਿਆ ਸਾਂ। ਬੜੀ ਖੁਸ਼ੀ ਹੋਈ ਕਿ ਸੱਚਮੁੱਚ ਜਦੋਂ ਇਹੋ ਜਿਹਾ ਕੋਈ ਬਚਨ ਕਰਦਾ ਅਤੇ ਮਨ ਵਿੱਚ ਇੱਕ ਸਵਾਲ ਉੱਠਦਾ, ਮਨ ਅੰਦਰ ਇੱਕ ਭਾਵਨਾ ਜਾਗਦੀ ਕਿ ਜਿਹੜੀਆਂ ਗੱਲਾਂ ਸਟੇਜ ਤੋਂ ਕਰਦਾ ਪਿਆ ਸੱਚਮੁੱਚ ਇਹਦੇ ਜੀਵਨ 'ਚ ਵੀ ਉਹ ਖੁਸ਼ਬੂ ਆਏਗੀ। ਇੱਕ ਦਿਨ ਬਾਈ ਚਾਂਸ ਇੱਕ ਸੱਜਣ ਨਾਲ ਜ਼ਿਕਰ ਕੀਤਾ ਉਹਦੇ ਇੱਕ ਰਿਲੇਟਿਵ ਨਾਲ, ਉਹ ਕਹਿਣ ਲੱਗਾ ਭਾਈ ਇਹ ਸਿਰਫ ਸਟੇਜ ਤੋਂ ਹੀ ਕਹਿੰਦਾ, ਇਹਦਾ ਸਵੇਰੇ ਉੱਠਣ ਦਾ 7 ਵਜੇ ਟਾਈਮ ਹੈ,
ਜਿਹੜਾ ਕਹਿ ਰਿਹਾ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ। ਮੇਰੇ ਸਤਿਗੁਰ ਕਹਿੰਦੇ ਜਿਹੜਾ ਮਨੁੱਖ ਆਪ ਨਹੀਂ ਉਹ ਕੰਮ ਕਰਦਾ ਉਹਦਾ ਦੂਜੇ 'ਤੇ ਕੀ ਅਸਰ ਹੋਵੇਗਾ। ਉਹ ਜਿੰਨਾ ਮਰਜ਼ੀ ਕਹੇ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ, ਦੂਜੇ ਨੰਬਰ 'ਤੇ ਉਹ ਕਹਿੰਦਾ ਬਾਣੀ ਅਤੇ ਬਾਣੇ ਨਾਲ ਜੁੜ ਕੇ ਰਹੋ। ਕਹਿੰਦੇ ਰੋਜ਼ ਐਤਵਾਰ ਨੂੰ ਨਾ ਇਹ ਸੱਚਮੁੱਚ ਆਪਣੇ ਬਾਲਾਂ ਨੂੰ ਪਹਿਲਾਂ ਡਾਈ ਕਰਦਾ, ਬਾਲਾਂ ਨੂੰ ਕਲਰ ਕਰਦਾ। ਜਿਹੜਾ ਦੂਸਰੇ ਨੂੰ ਕਹਿ ਰਿਹਾ ਕਿ ਬਾਣੀ ਬਾਣੇ ਦੇ ਧਾਰਨੀ ਹੋਵੇ, ਅਤੇ ਬਾਣੀ ਵਿੱਚ ਤਾਂ ਇਹ ਵੀ ਧਿਆਨ ਰੱਖਣਾ ਗੁਰੂ ਕੇ ਪਿਆਰ ਵਾਲਿਓ, ਇਹ ਕੇਸਾਂ ਦੀ ਬੇਅਦਬੀ ਵਿੱਚ ਆਉਂਦਾ ਹੈ। ਅੱਗੇ ਸਤਿਗੁਰ ਬਚਨ ਕਰਨਗੇ ਗੁਰੂ ਕੇ ਪਿਆਰ ਵਾਲਿਓ, ਅੱਗੇ ਜਾ ਕੇ ਮੈਂ ਬੇਨਤੀ ਕਰਾਂਗਾ ਹੋਰ ਡਿਟੇਲ ਵਿੱਚ ਗੁਰੂ ਕਿਰਪਾ ਕਰੇ। ਮਾਰ ਕਹਿੰਦੇ ਤੂੰ ਬਾਹਰੋਂ ਕੁਝ ਹੈ, ਬਣ ਬਣ ਕੇ ਦੱਸਣ ਦਾ ਕੁਝ ਯਤਨ ਕਰਨਾ ਪਿਆ, ਅੰਦਰ ਤੇਰੇ ਕੁਝ ਹੈ। ਤੂੰ ਅਵਰ ਉਪਦੇਸ਼ਾ ਆਪ ਨਾ ਕਰੇ ਤਾਂ ਤੇਰੀ ਹਾਲਤ ਕੀ ਹੋਵੇਗੀ, ਆਵਤ ਜਾਵਤ ਜਨਮੈ ਮਰੇ, ਤੂੰ ਆਵਾਗਮਨ ਦੇ ਚੱਕਰ ਵਿੱਚ ਪਿਆ ਰਵੇਂਗਾ। ਜਿਸ ਕਾ ਅੰਤਰ ਵਸੈ ਨਿਰੰਕਾਰ, ਪਰ ਜਿਹਨਾਂ ਦੇ ਅੰਦਰ, ਜਿਹਨਾਂ ਦੇ ਮਨ ਅੰਦਰ ਉਸ ਪਰਮਾਤਮਾ ਦੀ ਪ੍ਰੀਤ ਹੋਵੇ, ਜਿਹਨਾਂ ਦੇ ਹਿਰਦੇ ਵਿੱਚੋਂ ਪਰਮਾਤਮਾ ਵਸ ਜਾਏ, ਮਾਰੇ ਕਹਿੰਦੇ ਤਿਸ ਕੀ ਸਿੱਖ ਤਰੈ ਸੰਸਾਰ, ਉਹਦੀ ਸਿੱਖ ਤੇ ਉਹਦਾ ਉਪਦੇਸ਼ ਕੀਤਾ, ਉਹਦੀ ਵਿਚਾਰ ਕੀਤੀ ਕਾਮਯਾਬ ਹੋਣੀ ਹੈ। ਕਿਹਦੀ? ਜਿਹਦੇ ਅੰਦਰ ਭਗਵਾਨ ਵਸ ਗਿਆ, ਜਿਹਦੇ ਅੰਦਰ ਪਰਮਾਤਮਾ ਦੀ ਯਾਦ ਵਸ ਗਈ। ਗੁਰੂ ਕੇ ਪਿਆਰ ਵਾਲਿਓ, ਜਿਹਦੇ ਅੰਦਰ ਅਜੇ ਤੱਕ ਪਰਮਾਤਮਾ ਦੀ ਯਾਦ ਨਹੀਂ ਅਤੇ ਬਾਹਰੂ ਜ਼ਬਾਨ 'ਤੇ ਬੋਲਦਾ ਪਿਆ ਭਾਈ ਨਿਤਨੇਮ ਕਰੋ, ਅੰਮ੍ਰਿਤ ਵੇਲੇ ਦੀ ਸੰਭਾਲ ਕਰੋ, ਬਾਣੀ ਬਾਣੇ ਨਾਲ ਜੁੜੋ, ਉਹਦਾ ਦੂਜੇ 'ਤੇ ਕੀ ਅਸਰ ਹੋਵੇਗਾ। ਗੁਰੂ ਕੇ ਪਿਆਰ ਵਾਲਿਓ, ਪਹਿਲਾਂ ਆਪ ਚੱਲਣਾ ਪਏਗਾ। ਜੇ 10 ਗੱਲਾਂ ਆਪਾਂ ਸਟੇਜ ਤੋਂ ਕਰਨੇ ਆ, ਕਿਤੇ ਕੋਈ ਇੱਕ ਗੱਲ ਸਾਡੇ ਜੀਵਨ 'ਚੋਂ ਮਿਲ ਜਾਏ ਤਾਂ ਕਿ ਸਾਡਾ ਬੋਲਿਆ ਕਿਤੇ ਪ੍ਰਵਾਨ ਹੋ ਜਾਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਵਰ ਉਪਦੇਸ਼ਾ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸਿੱਖ ਤਰੈ ਸੰਸਾਰ, ਦੋ ਜੋ ਤੁਮ ਭਾਣੇ ਤਿੰਨ ਪ੍ਰਭ ਜਾਤਾ। ਸੱਚਮੁੱਚ ਜਿਹਨਾਂ ਜਿਹੜੇ ਲੋਕ ਉਸ ਪ੍ਰਭੂ ਨੂੰ ਭਾ ਗਏ ਨਾ, ਉਹਨਾਂ ਨੇ ਹੀ ਪ੍ਰਭੂ ਨੂੰ ਜਾਣਿਆ। ਨਾਨਕ ਉਨ ਜਨ ਚਰਨ ਪਰਾਤਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਚਰਨਾਂ ਦੀ ਧੂੜ ਮੰਗਦਾ ਭਾਈ ਜਿਹੜੇ ਅੰਦਰੋਂ ਬਾਹਰੋਂ ਇੱਕ ਨੇ। ਸੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਦੇ ਸਲੋਕ 'ਚ ਨਾ ਪਹਿਲੀ ਨਿਸ਼ਾਨੀ ਜਿਹੜੀ ਆ, ਪਹਿਲਾ ਲੱਛਣ ਜਿਹੜਾ ਬ੍ਰਹਮ ਗਿਆਨੀ ਦਾ ਇਹ ਦੱਸਿਆ ਕਿ ਬ੍ਰਹਮ ਗਿਆਨੀ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਮਨ ਕਰਕੇ ਅਤੇ ਮੁੱਖ ਕਰਕੇ ਉਹ ਇੱਕ ਹੈ ਜੀ। ਮਨ ਸਾਚਾ ਮੁੱਖ ਸਾਚਾ ਸੋਇ, ਅਤੇ ਦੂਸਰੀ ਨਿਸ਼ਾਨੀ ਕੀ ਆ? ਅਵਰ ਨਾ ਪੇਖਾ ਇੱਕ ਸਬਿਨ ਕੋਏ। ਸੱਚਮੁੱਚ ਜਿੱਥੇ ਵੀ ਝਾਤ ਮਾਰਦਾ ਨਾ ਉਹਨੂੰ ਪਰਮਾਤਮਾ ਹੀ ਨਜ਼ਰ ਆਉਂਦਾ। ਹਰ ਜਗ੍ਹਾ 'ਤੇ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦਾ ਹੀ ਉਹ ਦੀਦਾਰ ਕਰਦਾ। ਉਹ ਕਹਿ ਦਿੰਦਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਹੇ ਪਰਮਾਤਮਾ ਤੂੰ ਹਰ ਇੱਕ ਕਣ ਕਣ ਵਿੱਚ ਵਸਿਆ, ਉਹ ਜਿੱਥੇ ਜਾਂਦਾ ਉਹਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਜੀ। ਤਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕੀਤੇ ਜੈ ਜੈ ਪੇਖੋ ਤੈ ਹਜੂਰ ਦੂਰ ਕਤੂ ਨਾ ਜਾਏ। ਸੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਹਿ ਦਿੱਤਾ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇੱਕ ਬ੍ਰਹਮ ਗਿਆਨੀ ਦੇ ਇਹ ਲੱਛਣ ਹੈ। ਦੱਸ ਬੇਨਤੀ ਕਰਦਾ ਹੁੰਦਾ ਗੁਰੂ ਕੇ ਪਿਆਰ ਵਾਲਿਓ, ਜਿੱਥੇ ਇਸ ਸਲੋਕ ਦੇ ਅਰਥ ਜਿਹੜੇ ਨੇ ਅੱਗੇ ਵਿਸਤਾਰ ਸਹਿਤ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅਸ਼ਟਪਦੀ ਵਿੱਚ ਕੀਤੇ ਨੇ, ਇੱਥੇ ਕੇਵਲ ਤਾਂ ਕੇਵਲ ਦੋ ਨਿਸ਼ਾਨੀਆਂ ਦੱਸੀਆਂ ਨੇ। ਅੱਗੇ ਜਦੋਂ ਪੂਰੀ ਅਸ਼ਟਪਦੀ ਆਪਾਂ ਪੜ੍ਹਾਂਗੇ ਉਹਦੇ ਵਿੱਚ ਬੇਅੰਤ ਜਿਹੜੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਐਸੇ ਪੁਰਖ ਦੀਆਂ ਨਿਸ਼ਾਨੀਆਂ ਦੱਸੀਆਂ ਨੇ। ਮਾਰੇ ਕਹਿੰਦੇ ਬ੍ਰਹਮ ਗਿਆਨੀ ਕੇਵਲ ਤਾਂ ਕੇਵਲ ਆਪਣੇ ਨਾਮ ਨਾਲ ਲਿਖਵਾਉਣ ਵਾਲਾ ਸ਼ਬਦ ਨਹੀਂ ਭਲਿਆ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਸਾਧ ਸੰਗਤ, ਕਈ ਐਸੇ ਪਵਿੱਤਰ ਸ਼ਬਦ ਜਿਹੜੇ ਬਾਣੀ ਵਿੱਚ ਆਉਂਦੇ ਨੇ, ਜਿਵੇਂ ਸਿੱਖ ਸ਼ਬਦ ਆਉਂਦਾ, ਗੁਰਸਿੱਖ ਸ਼ਬਦ ਆਉਂਦਾ, ਗੁਰਮੁਖ ਸ਼ਬਦ ਆਉਂਦਾ ਜੀ, ਜਿੱਥੇ ਸੰਤ ਸ਼ਬਦ ਆਉਂਦਾ, ਸਾਧ ਸ਼ਬਦ ਆਉਂਦਾ, ਬ੍ਰਹਮ ਗਿਆਨੀ ਸ਼ਬਦ ਅੱਜ ਆਇਆ। ਮਰ ਕਹਿੰਦੇ ਬੜੀ ਵੱਡੀ ਕਮਾਈ ਦਾ ਨਾਮ ਹੈ ਜੀ, ਇਹ ਕੇਵਲ ਤਾਂ ਕੇਵਲ ਆਪਣੇ ਨਾਮ ਦੇ ਅੱਗੇ ਲਿਖਵਾਉਣ ਤੱਕ ਸੀਮਤ ਨਹੀਂ ਇਹ ਸ਼ਬਦ, ਇਹ ਬਹੁਤ ਵੱਡੀ ਉੱਚੀ ਅਵਸਥਾ ਦਾ ਨਾਮ ਹੈ ਗੁਰੂ ਕੇ ਪਿਆਰ ਵੱਲ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਉਹ ਹੈ ਜਿਹਦੇ ਅੰਦਰ ਕੁਝ ਖਾਸ ਨਿਸ਼ਾਨੀਆਂ ਆ ਗਈਆਂ ਨੇ, ਜਿਹਦੇ ਅੰਦਰ ਕੁਝ ਖਾਸ ਪਹਿਚਾਣ ਜਿਹਦੇ ਜੀਵਨ 'ਚ ਬਣ ਗਈ ਹੈ, ਜਿਹਦੇ ਅੰਦਰ ਰੱਬੀ ਗੁਣ ਜਿਹੜੇ ਨੇ ਉਹ ਵੱਸ ਗਏ, ਜਿਹੜੇ ਗੁਰੂ ਦੀ ਚਾਲ 'ਤੇ ਤੁਰ ਪਏ ਨੇ ਉਹ ਅਸਲ ਵਿੱਚ ਬ੍ਰਹਮ ਗਿਆਨੀ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇੱਕ ਪਾਵਨ ਬਚਨ ਨਾ, ਸੱਚਮੁੱਚ ਕਿਤੇ ਸਲੋਕ ਸਹਿਸਕ੍ਰਿਤੀ ਆਪਾਂ ਪੜ੍ਹ ਕੇ ਦੇਖੀ ਨਾ, ਉਹਦੇ ਅੰਦਰ ਐਸੇ ਪੁਰਖ ਦੇ 6 ਲੱਖਣ ਦੱਸੇ ਨੇ ਜੀ, 6 ਲੱਛਣ। ਉਹ 6 ਲੱਛਣ ਮੈਂ ਆਪੇ ਨਾਲ ਸਾਂਝੇ ਕਰਕੇ ਅਤੇ ਅੱਜ ਦੀ ਵਿਚਾਰ ਦੀ ਸੰਪੂਰਨਤਾ ਕਰਨੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲੀ ਉਹਦੀ ਨਿਸ਼ਾਨੀ ਪਤਾ ਕੀ ਹੈ? ਪੂਰਨ ਪੁਰਖ ਦੀ। ਇਹ ਬ੍ਰਹਮ ਗਿਆਨੀ ਇੱਕ ਪੂਰਨ ਪੁਰਖ ਹੈ ਗੁਰੂ ਕੇ ਪਿਆਰ ਵਾਲਿਓ, ਸੱਚਮੁੱਚ ਮੁਕੰਮਲ ਇਨਸਾਨ ਜਿਹਨੂੰ ਆਪਾਂ ਕਹਿ ਲਈਏ, ਜਿਸ ਨੂੰ ਹੋਰ ਸੌਖੇ ਸ਼ਬਦਾਂ 'ਚ ਆਪਾਂ ਖਾਲਸਾ ਸ਼ਬਦ ਕਹਿ ਲਈਏ ਜੀ। ਖਾਲਸਾ ਇੱਕ ਪੂਰਨ ਪੁਰਖ ਦਾ ਨਾਮ ਹੈ ਜਿਸ ਦੀ ਘਾੜਤ ਘੜਨ ਵਾਸਤੇ ਕੋਈ 250 ਸਾਲ ਦਾ ਸਮਾਂ ਲੱਗਾ। ਗੁਰੂ ਕੇ ਪਿਆਰ ਵਾਲਿਓ, ਜਿਹਨੂੰ ਘੜਨ ਦੀ ਆਰੰਭਤਾ ਬਾਬੇ ਨਾਨਕ ਨੇ ਕੀਤੀ ਅਤੇ ਸੰਪੂਰਨਤਾ 1699 ਦੀ ਵਿਸਾਖੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੀ ਜੀ।
उस पूर्ण पुरख के कुछ लक्षण गुरु अर्जन देव पातशाह ने दसे ने श्लोक सहस्कृति के अंदर जी। आओ वह छे लक्षण जिहड़े ने बिल्कुल संखेप जे टुक मात्र आपां विचार कीते श्लोक की विचार आपां संपूर्ण करनी है। धन गुरु अर्जन देव पातशाह कहिंदे पहला लक्षण है उहदा मंत्रंग राम राम नामंग ध्यानंग सर्वत्र पूर्ण उहदी जवान ते केवल तां केवल उस परमात्मा दा नाम रहिंदा है। मंत्रंग राम राम नामंग ध्यानंग सर्वत्र पूर्ण यह पहला लक्षण है जी ब्रह्म ज्ञानी दा जां पूर्ण पुरख दा जां साध दा। यह सारे बचन जिहड़े ने सुखमनी साहब की पावन बाणी के अंदर आए ने और आने ने अगे जिवें पहले श्लोक च साध शब्द आया सी इस विच ब्रह्म ज्ञानी आया अगे तेरहवीं अष्टपदी दे विच संत शब्द आना। इन्हां सारे शब्दों की परिभाषा दसी गुरु ग्रंथ साहिब महाराज के अंदर। मैं कल भी बेनती की सी ज़्यादा काले नहीं पैना बड़े राम दे नाल इन्हां पवित्र बचना की आपां व्याख्या गुरु ग्रंथ साहिब महाराज के अंदर पढ़ सकते हैं और पढ़ के अपने जीवन में कुछ ना कुछ सिक्ख्या जी धारण कर सकते हैं। धन गुरु अर्जन देव पातशाह कहते सब तो पहली निशानी उहदी पूर्ण पुरख दी कि उहदी रसना ते केवल तो केवल परमात्मा का नाम रहिंदा है ते ओ ध्यान जिहड़ा किहदा धरदा किसी मूर्ति का किसी तस्वीर का ध्यान नहीं धरदा वह केवल तो केवल जिहड़ा सर्वत्र हर जगह पर पूरिया होया परमात्मा ना उस परमात्मा का वह ध्यान धरदा है ते केवल तो केवल अपनी जबान ते उस परमात्मा का नाम रखदा है। इहदी विचार करदिआं सचमुच भाई साहब भाई वीर सिंह ने बड़ा कमाल का एक वचन लिखिआ जी पूर्ण पुरख की रसना तो कदे परमात्मा का नाम नहीं भुलदा जी उहदी निशानी यह कि हर टाइम हर समय उहदी रसना ते परमात्मा का नाम हुंदा। भाई साहब भाई वीर सिंह जी कहिंदे ने कहिंदे दुनिया के लोगों मैं ते एक अरदास करना लगे प्यार तो प्यारड़ा पास वसे कदी अखियां तू ना होए ओले कहिंदे कितें मेरा उस परमात्मा नाल प्यार पै जाए ना तो मैं इको एक अरदास करना कि मेरा मालक जिहड़ा मेरिया अखां तू ओले ना होवे। गल रसना ते आके मुकनी है जी बड़े ध्यान नाल बचन सरवण करियो क्योंकि धन गुरु अर्जन देव पातशाह श्लोक सहस्कृति के अंदर यह जिहड़े छे लक्षण दसे ने ना इन्हां नूं बड़े ध्यान नाल सरवण करना जी। धन गुरु अर्जन देव पातशाह ने शुरुआत अज कीती है कि मंत्रंग राम राम नामंग ध्यानंग सर्वत्र पूर्ण है ध्यान जिहड़ा हर जगह ते पूरिया होया परमात्मा उहदा धरदा है। तो भाई साहब भाई वीर सिंह जी की लिखते हैं कहते लगे प्यार तो प्यारड़ा पास वसे कदी अखियां तो ना होए ओले कदे मेरिया अखां तो वह परमात्मा ओले ना होवे जेकर अखियां तो कदी होए ओले किते ऐसा समा आ जाए कित ऐसी नौबत बन जाए कि वह मेरा प्यारा मेरिया अखा तो ओले हो जाए तो फिर की हो जी भाई साहब भाई वीर सिंह जी लिखते सूरत उस दी दिलों ना होए ओले जे अखा तो ओले हो जाए तो कोई गल नहीं पर मेरे दिल तो उहदी सूरत ना ओले होवे मेरे दिल में उहदी सूरत जिहड़ी है वह बनी रहे मेरे दिल में उहदी याद जिहड़ी है वह बसी रहे पर जे कित ऐसी नौबत आ जाए मेरे दिल तो भी वह विसर जाए कित मन में भी वह परमात्मा विसर जाए तो फिर मैं की करा। अगला बचन लिखा जी भाई साहब भाई वीर सिंह ने कहते सूरत उसकी दिलों जे होए ओले जे उहदी सूरत मेरे दिल तो ओले हो जाए तो मैं की करा कहते नाम जीव तो कदी ना होए ओले। फिर तीसरी जगह पर कह लगे जे सचमुच मेरी जबान तो वह बिसर जाए मेरे दिल तो भी वह बिसर जाए पर एक काम करी रब्बा मेरी रसना तो तू ना बिसरी नाम जीव तू कदी ना होए ओले मेरी जीव तो मेरी रसना तो कदे तू परे ना हो क्योंकि जे रसना तू परे हो गया तो समझ लो मेरी मौत हो गई। धन गुरु नानक देव पातशाह ने आख्या ना आखा जीवा बिसरै मर जाऊ असल विच ओही लोग जिउंदे ने जिहड़े परमात्मा नूं आखदे ने परमात्मा नूं सिमरदे ने जिहड़े ये जीवन पा के परमात्मा नूं भुल जांदे ने। धन गुरु अर्जन देव पातशाह कहिंदे उहनां दी असल विच आत्मक मौत हो जांदी है जी वह जिंदियां जागदियां लाशां तां गिणियां जा सकदियां ने समझियां जा सकदियां ने पर सचमुच उहनां नूं जिंदे नहीं समझना। धन गुरु अर्जन देव पातशाह ने एक बड़ा प्यारा वचन कीता ना कहिंदे भावें तूं कितने वड्डे महान गुणां दा धारनी हो जाए भलिया पर एक गल याद रखी जे तेरे अंदर परमात्मा की याद नहीं तो तू केवल तो केवल एक मृतक देह है होर कुछ नहीं गुरु के प्यार वाले। धन गुरु अर्जन देव पातशाह कहते अत सुंदर कुलीन चतर मुख ज्ञानी धनवंत मृतक कही है नानका जे प्रीत नहीं भगवंत तू कितने महान गुणा का धारनी होवे पर जे तेरे अंदर उस रब की प्रीत ना बनी जे तेरे अंदर उस परमात्मा का प्यार ना बनिया तो भलिया एक गल याद रखी फिर तू सचमुच एक मृतक लाश हो सकनी है होर कुछ नहीं। दोबारा बचन सरवण कर लियो
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸੱਚਮੁੱਚ ਤੈਨੂੰ ਮ੍ਰਿਤਕ ਘੋਸ਼ਿਤ ਕਰ ਦੇਣਾ ਚਾਹੀਦਾ ਜੇ ਤੇਰੇ ਅੰਦਰ ਇਹ ਜੀਵਨ ਪਾ ਕੇ ਪਰਮਾਤਮਾ ਨਾਲ ਪ੍ਰੀਤ ਨਾ ਬਣੀ ਜੀ। ਸੋ ਭਾਈ ਸਾਹਿਬ ਭਾਈ ਵੀਰ ਜੀ ਦਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਮੈਂ ਬਚਨ ਤੁਹਾਡੇ ਨਾਲ ਸਾਂਝਾ ਕਰਦਾ ਪਿਆ ਸਾਂ। ਕਹਿੰਦੇ ਸੁਰਤ ਉਸਦੇ ਦਿਲੋਂ ਜੇ ਹੋਏ ਓਲੇ ਨਾਮ ਜੀਵ ਤੋਂ ਕਦੇ ਨਾ ਹੋਏ ਓਲੇ, ਨਾਮ ਜੀਵ ਤੋਂ ਕਦੇ ਜੇ ਹੋਏ ਓਲੇ ਸੁਰਤ ਦੇ ਤੁਸਾਲਾ ਫਿਰ ਹੋਏ ਓਲੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਹਿੰਦੇ ਹੇ ਮੇਰੇ ਰੱਬਾ ਜੇ ਸੱਚਮੁੱਚ ਮੇਰੀ ਜੀਵ ਤੋਂ ਵੀ ਤੇਰਾ ਨਾਮ ਵਿਸਰ ਗਿਆ ਫਿਰ ਮੈਂ ਜੀ ਕੇ ਕੀ ਲੈਣਾ, ਬਸ ਇੱਕ ਕੰਮ ਕਰੀ ਫਿਰ ਮੇਰੇ ਅੰਦਰੋਂ ਸੱਚਮੁੱਚ ਤੇ ਇੱਕ ਜਿੰਦ ਜਾਨ ਹੀ ਨਿਕਲ ਜਾਣੀ ਚਾਹੀਦੀ ਆ। ਮੈਂ ਇੱਥੇ ਧਰਤੀ 'ਤੇ ਜੀ ਕੇ ਕੀ ਕਰਨਾ? ਸੱਚਮੁੱਚ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਕਦਰ ਹੈ ਗੁਰੂ ਕੇ ਪਿਆਰ ਵਾਲਿਓ, ਇਹ ਬਚਨ ਮੈਂ ਇਕੱਠਾ ਇੱਕ ਵਾਰ ਦੁਬਾਰਾ ਪੜ੍ਹਨਾ ਚਾਹੁੰਦਾ। ਜਿਹੜੇ ਵੀ ਸਰਵਣ ਕਰਦੇ ਪਏ ਨੇ ਬੜੇ ਧਿਆਨ ਨਾਲ ਇਹ ਬਚਨ ਸਰਵਣ ਕਰਿਓ। ਜਿਨ੍ਹਾਂ ਨੂੰ ਪਰਮਾਤਮਾ ਨਾਲ ਪਿਆਰ ਪੈ ਜਾਂਦਾ, ਜਿਨ੍ਹਾਂ ਦਾ ਉਸ ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ, ਉਹਨਾਂ ਦੀ ਹਾਲਤ ਕੈਸੀ ਹੋ ਜਾਂਦੀ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇੱਕ ਬੜਾ ਪਿਆਰਾ ਬਚਨ ਹੈ ਜੀ। ਮਾਰੇ ਕਹਿੰਦੇ ਇੱਕ ਛਿਣ ਜੇ ਵਿਸਰੈ ਤੂੰ ਸੁਆਮੀ ਜਾਨੋ ਬਰਸ ਪਚਾਸਾ। ਇੱਕ ਛਿਣ ਵੀ ਕਿਤੇ ਉਹ ਪਰਮਾਤਮਾ ਦੀ ਯਾਦ ਵਿਸਰ ਜਾਏ ਨਾ ਤੇ ਉਹਨਾਂ ਨੂੰ ਇੰਜ ਪ੍ਰਤੀਤ ਹੁੰਦਾ ਸਾ ਸੰਗਤ ਜਿਵੇਂ ਕਿਤੇ 50 ਸਾਲ ਹੋ ਗਏ ਹੋਵਨ ਪਰਮਾਤਮਾ ਨੂੰ ਭੁੱਲਿਆ ਤੇ ਅਸੀਂ ਕਿਤੇ ਆਪਣੇ ਵੱਲ ਧਿਆਨ ਮਾਰ ਕੇ ਦੇਖੀਏ ਯਕੀਨ ਜਾਣਿਓ ਸਾਨੂੰ ਤੇ ਇੱਕ ਛਿਣ ਵੀ ਉਹ ਪਰਮਾਤਮਾ ਯਾਦ ਨਹੀਂ ਆਉਂਦਾ। ਅਸੀਂ ਤਾਂ ਹੋਰ ਹੀ ਧੰਦਿਆਂ ਵਿੱਚ ਪੈ ਕੇ ਆਪਣੇ ਜੀਵਨ ਦੀਆਂ ਘੜੀਆਂ ਗਵਾ ਰਹੇ ਹਾਂ। ਸੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਹਿੰਦੇ ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ ਕਦੀ ਅੱਖੀਆਂ ਤੋਂ ਨਾ ਹੋਏ ਓਲੇ, ਜੇਕਰ ਅੱਖੀਆਂ ਤੋਂ ਕਦੇ ਹੋਏ ਓਲੇ ਸੂਰਤ ਉਸਦੀ ਦਿਲੋਂ ਨਾ ਹੋਏ ਓਲੇ, ਸੂਰਤ ਉਸਦੀ ਦਿਲੋਂ ਜੇ ਹੋਏ ਓਲੇ ਨਾਮ ਜੀਵ ਤੋਂ ਕਦੇ ਨਾ ਹੋਏ ਓਲੇ, ਨਾਮ ਜੀਵ ਤੋਂ ਕਦੇ ਜੇ ਹੋਏ ਓਲੇ ਸੁਰਤ ਦੇ ਤੁਸ਼ਾਲਾ ਫਿਰ ਹੋਏ ਓਲੇ। ਉਹ ਇਹ ਜਿੰਦ ਜਾਨ ਇਸ ਸਰੀਰ 'ਚੋਂ ਨਿਕਲ ਜਾਣੀ ਚਾਹੀਦੀ ਹੈ ਜੇ ਅੰਦਰੂ ਪਰਮਾਤਮਾ ਦੀ ਯਾਦ ਭੁੱਲ ਜਾਏ। ਸੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੱਚਮੁੱਚ ਉਸ ਪੂਰਨ ਪੁਰਖ ਦੀਆਂ ਕੁਝ ਨਿਸ਼ਾਨੀਆਂ ਦੱਸੀਆਂ ਨੇ, ਮੈਂ ਉਹ ਸੰਖੇਪ 'ਚ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ। ਅੱਗੇ ਬਾਬਾ ਫਰਿੱਜ ਦਾ ਬਚਨ ਸਾਹਮਣੇ ਆ ਗਿਆ ਜੀ। ਬਾਬਾ ਫਰਿੱਜ ਕਹਿੰਦੇ ਲੋਕ ਜਵਾਨੀਆਂ ਨੂੰ ਸਾਂਭ ਕੇ ਰੱਖਦੇ ਨੇ ਪਰ ਰੱਬ ਦੇ ਪਿਆਰੇ ਜਿਹੜੇ ਰੱਬ ਦੀ ਪ੍ਰੀਤ ਸੰਭਾਲ ਕੇ ਰੱਖਦੇ ਨੇ। ਬੜਾ ਪਿਆਰਾ ਬਚਨ ਤੁਸੀਂ ਪੜ੍ਹਦੇ ਹੋ ਬਾਬਾ ਫਰਿੱਜ ਦਾ। ਬਾਬਾ ਫਰਿੱਜ ਕਹਿੰਦੇ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਇਹ ਪੂਰਨ ਪੁਰਖ ਦਾ ਪਹਿਲਾ ਲੱਛਣ ਹੈ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵੱਤਰ ਪੂਰਨ ਹੈ। ਉਹ ਆਪਣੀ ਜਵਾਨ ਤੋਂ ਕਦੇ ਪਰਮਾਤਮਾ ਦਾ ਨਾਮ ਨਹੀਂ ਭੁੱਲਣ ਦਿੰਦਾ, ਉਹ ਪਰਮਾਤਮਾ ਦੇ ਨਾਮ ਨੂੰ ਕਦੇ ਆਪਣੀ ਜਵਾਨ ਤੋਂ ਨਹੀਂ ਦੂਰ ਹੋਣ ਦਿੰਦਾ। ਬਾਬਾ ਫਰਿੱਜ ਕਹਿੰਦੇ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਉਹ ਕਹਿੰਦੇ ਮੈਨੂੰ ਜਵਾਨੀ ਦਾ ਡਰ ਨਹੀਂ ਕਿ ਮੇਰੀ ਜਵਾਨੀ ਜਿਹੜੀ ਆ ਇਹ ਖਤਮ ਹੁੰਦੀ ਜਾ ਰਹੀ ਆ, ਮੈਨੂੰ ਇੱਕੋ ਇੱਕ ਡਰ ਹੈ ਕਿਤੇ ਮੇਰੀ ਪਰਮਾਤਮਾ ਨਾਲੋਂ ਪ੍ਰੀਤ ਨਾ ਟੁੱਟ ਜਾਏ। ਇਹੀ ਬਚਨ ਤਾਂ ਭਗਤ ਰਵਿਦਾਸ ਜੀ ਨੇ ਬਚਨ ਕੀਤੇ ਜੀ। ਕਹਿੰਦੇ ਮੈਂ ਇਸ ਕਰਕੇ 24 ਘੰਟੇ ਉਹਦੀ ਯਾਦ ਵਿੱਚ ਜੁੜਿਆ ਰਹਿਣਾ ਕਿਤੇ ਇਹ ਜਿਹੜੀ ਮੇਰੀ ਪ੍ਰੀਤ ਹੈ ਕਿਤੇ ਇਹ ਨਾ ਟੁੱਟ ਜਾਏ, ਕਿਉਂਕਿ ਬੜੀ ਮਹਿੰਗੀ ਪ੍ਰੀਤ ਮੈਂ ਪਾਈ ਹੈ। ਜਿਸ ਬਾਰੇ ਭਗਤ ਕਬੀਰ ਸਾਹਿਬ ਨੇ ਕਿਹਾ ਕੰਚਨ ਸਿਉਂ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮੈਂ ਆਪਣਾ ਮਨ ਦੇ ਕੇ ਇਹ ਪ੍ਰੀਤ ਪਾਈ ਹੈ ਅਤੇ ਇੱਕੋ ਇੱਕ ਚਿੰਤਾ ਕਿਤੇ ਮੇਰੀ ਇਹ ਪ੍ਰੀਤ ਨਾ ਟੁੱਟ ਜਾਏ। ਇਹ ਸੰਸਾਰ ਜਵਾਨੀਆਂ ਨੂੰ ਸੰਭਾਲਦਾ ਗੁਰੂ ਕੇ ਪਿਆਰ ਵਾਲਿਓ। ਤੁਸੀਂ ਦੇਖਿਓ ਸੰਸਾਰ 'ਤੇ 60-60 70-70 80-80 ਸਾਲ ਦੇ ਲੋਕ ਜਿਹੜੇ ਨਾ ਉਹ ਵੀ ਸੱਚਮੁੱਚ ਇਹਨਾਂ ਕੇਸਾਂ ਨੂੰ ਡਾਈ ਕਰ ਕਰਕੇ ਨਾ ਆਪਣੇ ਆਪ ਨੂੰ ਜਵਾਨ ਬਣ ਬਣ ਕੇ ਦੱਸਣ ਦਾ ਯਤਨ ਕਰਦੇ ਨੇ। ਪਰ ਬਾਬਾ ਫਰਿੱਜ ਕਹਿੰਦੇ ਭਲਿਆ ਦੇਖ ਮੈਨੂੰ ਜਵਾਨੀ ਦੀ ਚਿੰਤਾ ਨਹੀਂ, ਮੈਨੂੰ ਚਿੰਤਾ ਹੈ ਕਿਤੇ ਮੇਰੇ ਅੰਦਰੋਂ ਪਰਮਾਤਮਾ ਦੀ ਪ੍ਰੀਤ ਨਾ ਟੁੱਟ ਜਾਏ, ਮੇਰੇ ਅੰਦਰੋਂ ਕਿਤੇ ਪਰਮਾਤਮਾ ਦਾ ਪਿਆਰ ਨਾ ਟੁੱਟ ਜਾਏ, ਕਿਉਂਕਿ ਜੋਬਨ ਜਾਂਦੇ ਨਾ ਡਰਾਂ ਜਿਸੈ ਪ੍ਰੀਤ ਨਾ ਜਾਏ। ਫਰਿੱਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਕਿਉਂਕਿ ਕਿੰਨੀਆਂ ਐਸੀਆਂ ਜਵਾਨੀਆਂ ਨੇ ਜਿਹੜੀਆਂ ਪਰਮਾਤਮਾ ਦੀ ਪ੍ਰੀਤ ਤੋਂ ਬਿਨਾਂ ਟੁੱਟ ਗਈਆਂ, ਕੁਮਲਾ ਗਈਆਂ, ਸੜ ਗਈਆਂ, ਸੁਆਹ ਹੋ ਗਈਆਂ, ਕਿਉਂਕਿ ਪਰਮਾਤਮਾ ਨਾਲੋਂ ਟੁੱਟ ਕੇ ਸੱਚਮੁੱਚ ਮਨੁੱਖ ਜਿੰਦਾ ਨਹੀਂ ਰਹਿੰਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬੜੇ ਸੌਖੇ ਸ਼ਬਦਾਂ 'ਚ ਕਹਿ ਦਿੱਤਾ ਕਿ ਆਖਾਂ ਜੀਵਾਂ ਬਿਸਰਾ ਮਰ ਜਾਉਂ। ਪੂਰਨ ਪੁਰਖ ਦਾ ਦੂਜਾ ਲੱਛਣ ਹੈ ਕਹਿੰਦੇ ਗਿਆਨੰਗ ਸਮ ਦੁੱਖ ਸੁੱਖੰਗ ਜੁਗਤ ਨਿਰਮਲ ਨਿਰਵੈਰਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਸਨੂੰ ਦੁੱਖ ਸੁੱਖ ਦਾ ਜਿਹੜਾ ਨਾ ਉਹ ਗਿਆਨ ਹੋ ਜਾਂਦਾ, ਉਹਦੀ ਉਹ ਅਵਸਥਾ ਬਣ ਜਾਂਦੀ ਹੈ ਕਿ ਕੇਤਿਆਂ ਦੁੱਖ ਭੂਖ ਅਰ ਇਹ ਪੀ ਦਾਤ ਤੇਰੀ ਦਤਾਰੇ ਮਾਲਕਾ। ਕਿਤਨੇ ਐਸੇ ਲੋਕ ਨੇ ਜਿਹੜੇ ਦੁੱਖਾਂ ਅਤੇ ਭੁੱਖਾਂ ਦੀ ਮਾਰ ਸਹਿ ਰਹੇ ਨੇ, ਪਰ ਕੀ ਕਰੀਏ ਇਹ ਵੀ ਤਾਂ ਤੇਰੀ ਇੱਕ ਦਾਤ ਹੈ।
ਉਹ ਸੱਚਮੁੱਚ ਦੁੱਖ ਤੇ ਸੁੱਖ ਨੂੰ ਇੱਕ ਦਾਤ ਸਮਝਦਾ ਸੀ। ਕਿਹੜਾ ਇੱਥੇ ਸੰਸਾਰ ਤੇ ਬੰਦਾ ਹੈ ਜਿਹੜਾ ਦੁੱਖ ਨੂੰ ਦਾਤ ਸਮਝਦਾ, ਲੇਕਿਨ ਜਿਹੜਾ ਪੂਰਨ ਪੁਰਖ ਹੈ ਬ੍ਰਹਮ ਗਿਆਨੀ ਹੈ ਸੱਚਮੁੱਚ ਉਹ ਦੁੱਖ ਨੂੰ ਵੀ ਇੱਕ ਦਾਤ ਸਮਝਦਾ। ਉਹਨੂੰ ਪਤਾ ਦੁੱਖ ਦਾਰੂ ਸੁੱਖ ਰੋਗ ਪਿਆ, ਇਹ ਦੁੱਖ ਵੀ ਮੇਰੇ ਵਾਸਤੇ ਇੱਕ ਦਾਰੂ ਹੈ, ਸ਼ਾਇਦ ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਉਣ ਵਾਸਤੇ ਇਹ ਜੀਵਨ ਵਿੱਚ ਆਇਆ ਹੈ। ਉਹਨੂੰ ਦੁੱਖ ਤੇ ਸੁੱਖ ਦਾ ਗਿਆਨ ਹੋ ਜਾਂਦਾ, ਜੁਗਤ ਨਿਰਮਲ ਨਿਰਵੈਰਨ ਹੈ, ਉਹਦੀ ਜੁਗਤੀ ਜੀਵਨ ਜੁਗਤ ਜਿਹੜੀ ਹੈ ਨਾ ਉਹ ਨਿਰਮਲ ਹੋ ਜਾਂਦੀ ਹੈ, ਨਿਰਵੈਰ ਹੋ ਜਾਂਦੀ ਹੈ। ਇਹ ਦੂਸਰਾ ਲੱਛਣ ਹੈ ਬ੍ਰਹਮ ਗਿਆਨੀ ਦਾ, ਪੂਰਨ ਪੁਰਖ ਦਾ ਜੀ। ਦਿਆਲੰਗ ਸਰਵਤਰ ਜਿਆ ਪੰਜ ਦੋਖ ਵਿਵਰਜਤਾ, ਉਹ ਸਾਰੇ ਜੀਵਾਂ 'ਤੇ ਇੱਕ ਸਮਾਨ ਦਿਆ ਕਰਦਾ ਜੀ। ਉਹ ਜਦੋਂ ਵੀ ਕਿਤੇ ਪਰਮਾਤਮਾ ਦੀ ਯਾਦ ਵਿੱਚ ਜੁੜਦਾ ਨਾ ਤਾਂ ਕੇਵਲ ਤਾਂ ਕੇਵਲ ਆਪਣਾ ਭਲਾ ਨਹੀਂ ਮੰਗਦਾ। ਆਪਾਂ ਰੋਜ਼ ਅਰਦਾਸ ਕਰਦੇ ਹਾਂ ਨਾ, ਜਦੋਂ ਅਰਦਾਸ ਦੀ ਸੰਪੂਰਨਤਾ ਹੁੰਦੀ ਹੈ, ਭਾਵੇਂ ਅਰਦਾਸ ਵਿੱਚ ਕਿਤੇ ਮਨ ਖਿੰਡ ਜਾਏ ਤਾਂ ਬੰਦਾ ਕਹਿ ਕੇ ਰੱਬਾ ਮੇਰਾ ਹੀ ਭਲਾ ਹੋਣਾ ਚਾਹੀਦਾ, ਪਰ ਭਲਿਆ ਤੈਨੂੰ ਇਹੋ ਜਿਹੀ ਅਰਦਾਸ ਪੰਥ ਨੇ ਦਿੱਤੀ ਹੈ। ਸੱਚਮੁੱਚ ਅਰਦਾਸ ਦੀ ਸੰਪੂਰਨਤਾ ਹੀ ਉਦੋਂ ਹੋਣੀ ਹੈ ਜਦੋਂ ਤੂੰ ਸਰਬੱਤ ਦਾ ਭਲਾ ਮੰਗੇਗਾ। ਜਦੋਂ ਅਰਦਾਸ ਦੀ ਆਪਾਂ ਸਮਾਪਤੀ ਕਰਦੇ ਹਾਂ, ਕੀ ਬਚਨ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਸਾਰਿਆਂ ਦਾ ਭਲਾ ਮੰਗਦੇ ਹਾਂ, ਜਿਹੜਾ ਰੱਬ ਦਾ ਪਿਆਰਾ ਨਾ ਉਹਦੀ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ, ਉਹ ਕੇਵਲ ਤਾਂ ਕੇਵਲ ਆਪਣਾ ਭਲਾ ਨਹੀਂ ਮੰਗਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਦਿਆਲੰਗ ਸਰਵੱਤਰ ਜੀਆਂ ਪੰਜ ਦੋਖ ਵਿਵਰਤਾ, ਆਪਣੇ ਅੰਦਰੋਂ ਪੰਜ ਵਿਕਾਰਾਂ ਨੂੰ ਨਾਸ ਕਰ ਦਿੰਦਾ ਅਤੇ ਸਾਰੇ ਜੀਵਾਂ 'ਤੇ ਇੱਕ ਸਮਾਨ ਦਿਆ ਕਰਦਾ। ਜਦੋਂ ਉਹ ਮਾਲਕ ਦੀ ਯਾਦ ਵਿੱਚ ਜੁੜਦਾ ਅਤੇ ਇੱਕੋ ਇੱਕ ਅਰਦਾਸ ਕਰਦਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤਾ ਲਿਓ ਉਬਾਰ। ਮਾਲਕਾ ਜਿਸ ਤਰੀਕੇ ਨਾਲ ਵੀ ਹੋ ਸਕੇ ਇਸ ਜਗਤ ਦਾ ਉਧਾਰ ਕਰ ਦਿਉ, ਇਸ ਜਗਤ ਦਾ ਭਾਰ ਉਤਾਰਾ ਕਰ ਦਿਉ। ਇਹ ਤੀਜੀ ਨਿਸ਼ਾਨੀ, ਤੀਜਾ ਲੱਛਣ ਹੈ ਪੂਰਨ ਪੁਰਖ ਦਾ ਜਾਂ ਬ੍ਰਹਮ ਗਿਆਨੀ ਦਾ ਜਾਂ ਸਾਧ ਦਾ ਜੀ। ਅੱਗੇ ਜਾ ਕੇ ਜਦੋਂ ਅਸ਼ਟਪਦੀ ਆਪਾਂ ਪੜ੍ਹਾਂਗੇ ਜਾਂ ਆਪਾਂ 13ਵੀਂ ਅਸ਼ਟਪਦੀ ਤੱਕ ਪਹੁੰਚਾਂਗੇ, ਉੱਥੇ ਜਾ ਕੇ ਹੋਰ ਇਸ ਇਹਨਾਂ ਸ਼ਬਦਾਂ ਦੀ ਆਪਾਂ ਕਥਾ ਕਰਨ ਦਾ ਯਤਨ ਕਰਾਂਗੇ। ਚੌਥਾ ਲੱਛਣ ਹੈ ਭੋਜਨੰਗ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿਤਾ। ਚੌਥੀ ਨਿਸ਼ਾਨੀ, ਚੌਥਾ ਲੱਛਣ ਪਤਾ ਕੀ ਹੈ ਜੀ, ਉਹਦੀ ਆਤਮਕ ਖੁਰਾਕ ਕੀ ਹੈ ਪੂਰਨ ਪੁਰਖ ਦੀ, ਉਹ ਕੇਵਲ ਤਾਂ ਕੇਵਲ ਪਰਮਾਤਮਾ ਦਾ ਭਜਨ, ਉਸ ਪਰਮਾਤਮਾ ਦਾ ਕੀਰਤਨ ਨੂੰ ਆਪਣੀ ਉਸਨੇ ਆਤਮਕ ਖੁਰਾਕ ਬਣਾਇਆ ਹੋਇਆ। ਉਹ ਸੱਚਮੁੱਚ ਉਹ ਖੁਰਾਕ ਨਾ ਮਿਲੇ ਅਤੇ ਉਹ ਆਪਣੇ ਆਪ ਨੂੰ ਜੀਵਤ ਨਹੀਂ ਸਮਝਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਦੀ ਇੱਕ ਘਟਨਾ ਇੱਕ ਦਿਨ ਸਾਂਝੀ ਕੀਤੀ ਸੀ ਭਾਈ ਮਰਦਾਨਿਆਂ। ਸ਼ੇਰ ਰਬਾਬ ਭੁੱਖ ਲੱਗੀ ਹੈ, ਭਾਈ ਮਰਦਾਨਾ ਕਹਿੰਦਾ ਬਾਬਾ ਕੀ ਲਿਆਵਾਂ, ਕਹਿੰਦੇ ਨਹੀਂ ਬਸ ਕੀਰਤਨ ਸੁਣਾ ਮੈਨੂੰ ਭੁੱਖ ਲੱਗੀ ਹੈ। ਸੱਚਮੁੱਚ ਉਹਨਾਂ ਦੀ ਖੁਰਾਕ ਜਿਹੜੀ ਹੈ ਉਹ ਕੀਰਤਨ ਬਣ ਜਾਂਦਾ, ਪਰਮਾਤਮਾ ਦਾ ਭਜਨ ਬਣ ਜਾਂਦਾ। ਭੋਜਨ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿਤੇ, ਉਹਨਾਂ ਦਾ ਜੀਵਨ ਇਤਨਾ ਨਿਰਲੇਪ ਹੋ ਜਾਂਦਾ ਜਿਵੇਂ ਕਮਲ ਦਾ ਫੁੱਲ ਜਿਹੜਾ ਰਹਿੰਦਾ ਪਾਣੀ ਵਿੱਚ ਹੈ, ਚਿੱਕੜ ਵਿੱਚ ਹੈ ਉਹਦੀਆਂ ਜੜ੍ਹਾਂ, ਲੇਕਿਨ ਪਾਣੀ ਤੋਂ ਚਿੱਕੜ ਤੋਂ ਉਹ ਨਿਰਲੇਪ ਰਹਿੰਦਾ। ਠੀਕ ਇਸੇ ਤਰ੍ਹਾਂ ਉਹ ਪੂਰਨ ਪੁਰਖ ਦਾ ਚੌਥਾ ਲੱਛਣ ਹੈ, ਜਿੱਥੇ ਉਹ ਸਾਰਿਆਂ 'ਤੇ ਦਿਆ ਕਰਦਾ, ਜਿੱਥੇ ਉਹ ਸੱਚਮੁੱਚ ਉਹਦੀ ਆਤਮਕ ਖੁਰਾਕ ਕੀਰਤਨ ਬਣ ਗਈ ਹੈ, ਉੱਥੇ ਉਹ ਕਮਲ ਦੇ ਫੁੱਲ ਦੀ ਤਰ੍ਹਾਂ ਨਾ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਸੰਸਾਰ ਤੋਂ ਨਿਰਲੇਪ ਰਹਿੰਦਾ ਜੀ। ਇਹੋ ਜਿਹੇ ਪੁਰਖ ਨਾ ਸੱਚਮੁੱਚ ਇੱਕ ਮਨੁੱਖ ਦਾ ਪਾਰ ਉਤਾਰਾ ਕਰਨ ਵਾਸਤੇ ਇੱਕ ਪੁੱਲ ਦਾ ਕੰਮ ਕਰਦੇ ਨੇ। ਤੁਸੀਂ ਦੇਖਿਓ ਉਹਦੇ ਪੈਰ ਜਿਹੜੇ ਨੇ ਸੰਸਾਰ ਵਿੱਚ ਹੁੰਦੇ ਨੇ ਅਤੇ ਸਿਰ ਜਿਹੜਾ ਹੈ ਉਹ ਨਿਰੰਕਾਰ ਦੇ ਘਰ ਵਿੱਚ ਹੁੰਦਾ ਹੈ, ਇੱਕ ਪੁੱਲ ਦਾ ਕੰਮ ਕਰਦੇ ਨੇ ਇਸ ਭਵ ਸਾਗਰ ਤੋਂ ਪਾਰ ਕਰਨ ਵਾਸਤੇ। ਸੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਭੋਜਨ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿਤੇ। ਅਤੇ ਪੰਜਵਾਂ ਲੱਛਣ ਹੈ ਜੀ ਉਪਦੇਸ਼ ਸਮ ਮਿੱਤਰ ਸਤਰਾ ਭਗਵੰਤ ਭਗਤ ਭਾਵਨੇ। ਉਹ ਭਗਤ ਭਾਵਨਾ ਦੇ ਨਾਲ ਕਰਦੇ ਨੇ, ਪ੍ਰੇਮਾ ਭਗਤੀ ਵਿੱਚ ਰੁੱਝੇ ਰਹਿੰਦੇ ਨੇ। ਅਤੇ ਇਹ ਜਿਹੜਾ ਪੰਜਵਾਂ ਲੱਛਣ ਹੈ ਕਿ ਉਹਨਾਂ ਦਾ ਉਪਦੇਸ਼ ਜਿਹੜਾ ਉਹ ਸਾਰਿਆਂ ਵਾਸਤੇ ਇੱਕ ਸਮਾਨ ਹੁੰਦਾ, ਉਹ ਉਪਦੇਸ਼ ਕਰਨ ਲੱਗਿਆਂ ਵਿਤਕਰਾ ਨਹੀਂ ਕਰਦੇ। ਸਤਿਗੁਰ ਕਹਿੰਦੇ ਉਹਨਾਂ ਦੀ ਅਵਸਥਾ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਉਹਨਾਂ ਦਾ ਉਪਦੇਸ਼ ਵਿੱਚ ਸਮ ਦ੍ਰਿਸ਼ਟੀ ਹੁੰਦੀ ਆ, ਉਪਦੇਸ਼ ਸਮ ਮਿੱਤਰ ਸਤਰ ਹੈ, ਉਹ ਸਾਰਿਆਂ ਨੂੰ ਮਿੱਤਰ ਨੂੰ ਅਤੇ ਦੁਸ਼ਮਣ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ, ਉਹਨਾਂ ਦੀ ਨਜ਼ਰ ਵਿੱਚ ਕੋਈ ਆਪਣਾ ਕੋਈ ਬਗਾਨਾ ਨਹੀਂ, ਸਾਰੇ ਇੱਕ ਸਮਾਨ ਹਨ। ਉਪਦੇਸ਼ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੇ। ਅਤੇ ਆਖਰੀ ਲੱਛਣ ਛੇਵਾਂ ਲੱਛਣ ਕੀ ਹੈ ਜੇ ਮਾਰੇ ਕਹਿੰਦੇ ਪਰ ਨਿੰਦਾ ਨਾ ਸਰੋਤ ਸਰਬਨੰਗ ਆਪ ਤਿਆਗ ਸਗਲ ਰੇਨਕ। ਉਹ ਨਿੰਦਿਆ ਕਰਨੀ ਤਾਂ ਕਿਤੇ ਰਹੀ, ਉਹ ਪਰ ਨਿੰਦਾ ਨੈ ਸਰੋਤ, ਪਰ ਨਿੰਦਾ ਨੈ ਸਰੋਤ ਸਰਵਨੰਗ, ਉਹ ਆਪਣੇ ਕੰਨਾਂ ਨਾਲ ਕਿਸੇ ਦੀ ਨਿੰਦਿਆ ਸੁਣਦੇ ਵੀ ਨਹੀਂ। ਨਿੰਦਿਆ ਕਰਨੀ ਤਾਂ ਬੜੀ ਦੂਰ ਦੀ ਗੱਲ ਨਾ, ਕਈ ਵਾਰੀ ਕਈ ਸੱਜਣ ਕਹਿੰਦੇ ਨਾ ਆਪਾਂ ਨਿੰਦਿਆ ਕੀਤੀ ਥੋੜ੍ਹੀ, ਆਪਾਂ ਤਾਂ ਵੈਸੇ ਹੀ ਉੱਥੇ ਖੜ੍ਹੇ ਸੀ।
पूर्ण पुरख जरा ना निंदा करनी तो बड़ी दूर की गल, निंदा किसी की सुनते भी नहीं जी, पर निंदा ने स्रोत सरवनंग आप त्याग सगल रेनक है। वह अपना आपा त्याग के भाव अपने अंदरों होमें का त्याग करके सारे चरणों की धूड़ बनते न। ते धन गुरु अर्जन देव पातशाह ने शब्द की संपूर्णता की, खट लखन पूरन पुरख नानक नाम साध सवजना। धन गुरु अर्जन देव पातशाह कहते यह छे लखन न जिस मनुख के जीवन विच असल विच ओही पूर्ण पुरख है ते उहदा ही नाम जिहड़ा साध हो सकता है, जिसने सचमुच इहो जिहियां सिख्यावां नूं अपने जीवन च धारण कर लिया। भाई साहब भाई गुरदास जी नूं पढ़िओ, उन्होंने एक पंक्ति विच साध की व्याख्या कर दी जी, कहिंदे नौ दरवाजे साध साध सदाया, जिन्हां अपने शरीर के नौ दरवाजे नूं साध लिया, नौ इंद्रियां नूं साध लिया। भाई साहब भाई गुरदास जी कहिंदे ने उह साध अखवान के लायक बन गया। गुरु के प्यार वालिओ, आओ गुरु कृपा करे, गुरु रहमत करे, किते गल समझ आ जाए कि धन गुरु अर्जन देव पातशाह जी ने अज जो ब्रह्म ज्ञानी के दो लक्षण दसे ने, अगे अष्टपदी विच डिटेल विच धन गुरु अर्जन देव पातशाह ब्रह्म ज्ञानी दी निशानियां दसनगे। आओ सलोक का पाठ करके ते आपां अज दे विषय की संपूर्णता करिए जी। मारे कहंदे मन साचा मुख साचा सोए, अवर न पेख एक सबिन कोए, नानक एह लक्षण ब्रह्म ज्ञानी होए। कल नूं आपां इस सलोक दी विचार अष्टपदी विचों करन दा निमाना जां जतन करांगे। अज इतनियां बेनतियां प्रवान करनियां जी, होईयां बेअंत भुल्लां बख्श लैणियां। देहो सज्जन असीसड़ियां, ज्यों होवै साहिब सुमेल, गज के फतेह बुलाओ जी। वाहिगुरु जी का खालसा, वाहिगुरु जी की फतेह। Yeah.